ਰੂਪਨਗਰ ਦੇ ਬੇਲਾ ਰੋਡ ਵਿਖੇ ਲੋਨ ਕੰਪਨੀ ਦੇ ਦਫ਼ਤਰ ਦੇ ਅੰਦਰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਦਫ਼ਤਰ ਦੇ ਅੰਦਰ ਸਾਰੇ ਕੰਪਿਊਟਰ, ਏਸੀ, ਫਰਨੀਚਰ ਦੇ ਨਾਲ ਨਾਲ ਕੰਪਨੀ ਦੇ ਵੱਲੋਂ ਰਿਕਵਰੀ ਦੇ ਲਈ ਰੱਖੇ ਹੋਏ 5 ਦੋ ਪਹੀਆ ਵਾਹਨ ਵੀ ਜਲ ਕੇ ਰਾਖ ਹੋ ਗਏ। ਫਿਲਹਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾ ਲਿਆ। ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ, ਚੈਨਲ 2।